ਜਲਦੀ 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 ਆਪਾਂ ਨੇ ਨਾ ਸਾਰਿਆਂ ਨੇ 100% ਹੋ ਕੇ ਪੂਰੀ ਮਸਤੀ ਨਾਲ ਡਾਂਸ ਕਰਨਾ, ਕਿਸੇ ਨੇ ਰੁਕਣਾ ਨਹੀਂ 100%। ਆਪਾਂ ਥੋੜੇ ਜਿਹੇ ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਹੈ ਨਾ। ਪੰਜਾਬ ਦਾ ਤਾਂ ਭੰਗੜਾ ਹੋਣਾ ਚਾਹੀਦਾ ਨਾ, ਤੇ ਭੰਗੜੇ ਦੀ ਬੀਟ ਵੀ ਹੋਣੀ ਚਾਹੀਦੀ ਹੈ। ਸਾਨੂੰ ਵਧੀਆ ਇਕਦਮ ਮਸਤੀ ਹੈ ਨਾ।
ਆਪਾਂ ਜ਼ਿੰਦਗੀ ਚ ਕਦੀ ਅਨੁਭਵ ਕੀਤਾ ਸੀ ਪਹਿਲੇ? ਨਹੀਂ ਨਾ, ਜ਼ਿੰਦਗੀ ਬਹੁਤ ਵਧੀਆ, ਬਹੁਤ ਵਧੀਆ, ਅਸੀਂ ਸਾਰੇ ਬਹੁਤ ਸਪੈਸ਼ਲ ਆ, ਵੈਰੀ ਸਪੈਸ਼ਲ। ਆਪਾਂ ਆਪਣੇ ਆਪ ਨੂੰ ਪਕੜਨਾ ਇੱਦਾਂ ਪੂਰੀ ਜ਼ਿੰਮੇਦਾਰੀ ਨਾਲ, ਤੇ ਆਪਾਂ ਨੂੰ ਸਾਰੇ ਜਿਹੜੇ ਖੜੇ ਹੋ ਜਾਏ ਨਾ, ਇੱਕ ਵਾਰੀ ਪ੍ਰਣ ਲਵਾਂਗੇ ਸਾਰੇ ਜਿਹਨੇ ਖੜੇ ਹੋ ਜਾਓ, ਸਾਰੇ ਜਿਹਨੇ ਖੜੇ ਹੋ ਗਏ, ਆਪਾਂ ਸਾਰੇ ਜਿਹਨੇ ਹੱਥ ਕਰਕੇ ਆਪਾਂ ਨਿਸ਼ਚੇ ਕਰਾਂਗੇ ਅੱਜ ਕਿ ਸਾਰੇ ਜਿਹਨੇ ਅੱਜ ਅਸੀਂ ਨਿਸ਼ਚੇ ਕਰਦੇ ਹਾਂ ਕਿ ਆਪਾਂ ਨਸ਼ਾ ਨਹੀਂ ਕਰਾਂਗੇ, ਆਪਾਂ ਨਸ਼ਾ ਨਹੀਂ ਕਰਨ ਦੇਵਾਂਗੇ। ਜੋ ਕੋਈ ਵੀ ਨਸ਼ੇ 'ਚ ਫਸਿਆ ਹੋਇਆ ਆਪਾਂ ਉਹਨਾਂ ਨੂੰ ਨਸ਼ਾ ਮੁਕਤੀ ਦੇ ਕੈਂਪ 'ਤੇ ਪਹੁੰਚਾਵਾਂਗੇ। ਔਰ ਆਪਾਂ ਆਪਣੀ ਜਿਹੜੀ ਡਿਊਟੀ ਹੈ, ਡਿਊਟੀ ਨੂੰ ਪੂਰੀ ਜ਼ਿੰਮੇਦਾਰੀ ਨਾਲ ਕਰਾਂਗੇ, ਤੇ ਆਪਾਂ ਆਪਣੇ ਜਿਸ ਪੁਲਿਸ ਸਟੇਸ਼ਨ 'ਚ ਵੀ ਰਵਾਂਗੇ ਅਸੀਂ ਅੱਵਲ ਰਵਾਂਗੇ ਹਮੇਸ਼ਾ, ਹਮੇਸ਼ਾ ਪੂਰੀ ਜ਼ਿੰਦਗੀ ਨਾਲ, ਹੈ ਨਾ। ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ। ਸੋ ਨਾਈਸ, ਥੈਂਕ ਯੂ, ਸ਼ੁਕਰੀਆ, ਬਹੁਤ 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 ਮਜ਼ਾ ਆਇਆ ਤੁਹਾਡੇ ਨਾਲ ਕੋਰਸ ਕਰਾ ਕੇ। ਮੈਨੂੰ ਨੀਚੇ ਬੈਠ ਜਾਓ ਸਾਰੇ ਜਿਹਨੇ, ਤੇ ਆਪਾਂ ਪੂਰੇ ਸ਼ੇਰ ਹੈਗੇ ਆ, ਆਪਾਂ ਪੂਰੀ ਸ਼ੇਰ ਦੀ ਜ਼ਿੰਦਗੀ ਜੀਣੀ ਆ, ਆਪਾਂ ਉਹ ਕਿੱਦੜ ਨੂੰ ਨਹੀਂ ਥੋੜਾ ਹੈਗੇ, ਪੂਰੀ ਸ਼ੇਰ ਸ਼ਕਤੀ ਨਾਲ ਜਿੱਥੇ ਖੜੇ ਆ ਆਪਣੇ ਅੱਗੇ ਕੋਈ ਨਹੀਂ ਖੜਾ ਹੋਏਗਾ, ਪਰ ਯਾਦ ਰੱਖਿਓ, ਪਰ ਤੁਸੀਂ ਅੰਦਰੋਂ ਵੀ ਤਾਕਤਵਰ ਰਹਿਣਾ, ਆਪਣੇ ਆਪ ਨੂੰ ਪਹਿਚਾਣ ਕਰਨੀ ਹੈ, ਤੇ ਕਦੀ ਵੀ ਮਨ ਉਦਾਸ ਹੋਏ ਆਪਣਾ ਜ਼ਿਕਰ ਕਰੋ, ਕਿਉਂਕਿ ਮਨ ਨੂੰ ਨਾ ਨਸ਼ਾ ਚਾਹੀਦਾ, ਉਹਨੂੰ ਮਜ਼ਾ ਹੁੰਦਾ ਨਸ਼ੇ ਦਾ, ਆਪਾਂ ਨਸ਼ਾ ਕਿਸੇ ਚੀਜ਼ ਦਾ ਥੋੜਾ ਕਰਨਾ, ਸਭ ਤੋਂ ਵੱਡਾ ਨਸ਼ਾ ਜਿਹੜਾ ਹੈਗਾ ਉਹ ਸਿਮਰਨ ਦਾ, ਨਾਮ ਦਾ, ਸ਼ਬਦ ਦਾ। ਆਪਣੀ ਡਿਊਟੀ ਪੂਰੀ ਨਿਸ਼ਠਾ ਨਾਲ ਹੈ ਨਾ, ਪੂਰੀ ਮਸਤੀ ਨਾਲ ਕਰਨੀ ਹੈ, ਕਿਸੇ ਦੀ ਬੋਝ ਨਹੀਂ ਸਮਝ, ਤੇ ਜਿਹੜਾ ਵੀ ਕਰਮ ਅੱਛਾ ਕਰੋਗੇ ਉਹਦਾ ਫਲ ਅੱਛਾ ਮਿਲੇ। ਆਪਾਂ ਪ੍ਰਮੋਸ਼ਨ ਹੁੰਦੀ ਹੈ ਪੂਰਾ ਸਟਰੋਂਗਲੀ, ਆਪਣਾ ਆਫਿਸਰ ਪੂਰੀ ਵਾਰਤਾਲਾਪ ਜਿਹੜੀ ਹੈ ਤੁਹਾਨੂੰ ਹੁਣੇ ਫੋਰਮ ਮਿਲਿਆ, ਉਹ ਬੇਸਿਕਲੀ ਉਹ ਕਹਿਣਾ ਚਾਹੁੰਦੇ ਹੈ ਕਿ ਆਪਾਂ ਜਿੱਥੇ ਕੋਈ ਟਫ ਹੋਣਾ ਉੱਥੇ ਜ਼ਰੂਰ ਟਫ ਹੋਣਾ, ਉੱਥੇ ਪਿੱਛੇ ਨਹੀਂ ਹਟਣਾ, ਨਹੀਂ ਤਾਂ ਆਪਣਾ ਜਿਹੜਾ ਸਾਡਾ ਆਚਰਣ ਹੈ ਉਹ ਬਹੁਤ ਅੱਛਾ ਹੋਣਾ ਚਾਹੀਦਾ, ਬੋਲ ਬਾਣੀ ਕਿ ਮਿਠਾਸ ਨਿਕਲਣੀ ਚਾਹੀਦੀ ਹੈ। ਉਹ ਕਹਿੰਦੇ ਜਿਹੜੇ ਤੁਹਾਡੇ ਮੂੰਹ ਚੋਂ ਨਿਕਲੇ ਸ਼ਬਦ ਹੈ ਨਾ, ਉਹ ਕਿਸੇ ਦੀ ਜ਼ਿੰਦਗੀ ਬਦਲ ਦੇਣ, ਨਾ ਕਿ ਉਹ ਤੀਰ ਬਣ ਕੇ ਕਿਸੇ ਨੂੰ ਦੁੱਖ ਦੇ ਦੇਣ। ਇਹ ਯਾਦ ਰੱਖੋ, ਤੁਹਾਡੇ ਸ਼ਬਦਾਂ 'ਚ ਬਹੁਤ ਪਾਵਰ ਹੈ, ਇਸੇ ਲਈ ਅੱਗੇ ਕਹਿੰਦੇ ਸੀ ਪਹਿਲੇ ਬੋਲੋ ਫਿਰ ਪਹਿਲੇ ਤੋਲੋ ਫਿਰ ਬੋਲੋ, ਹੈ ਨਾ, ਕਿ ਪਹਿਲੇ ਆਪਾਂ ਦੇਖ ਲਈਏ ਜੋ ਬੋਲਣਾ, ਕਿਉਂਕਿ ਸਾਡੇ ਸ਼ਬਦਾਂ 'ਚ ਇੰਨੀ ਪਾਵਰ ਹੈ ਕਿ ਕਿਸੇ ਨੂੰ ਵੀ ਟਰਾਂਸਫਾਰਮ ਕਰ ਸਕਦੀ ਹੈ। ਤੇ ਆਪਾਂ ਜਲਦੀ ਨਾਲ ਇੱਕ ਵਾਰੀ ਗੌਰ ਕਰ ਲਈਏ ਕਿ ਆਪਾਂ ਨੇ ਆਪਣੇ ਆਪ ਨੂੰ ਕੀ ਕਰਨਾ ਹੈਗਾ। ਪਹਿਲੇ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਜਿੱਥੇ ਵੀ ਕਰਨਾ ਹੈਗਾ ਪੇਟ ਤੁਹਾਡਾ ਖਾਲੀ ਹੋਣਾ ਚਾਹੀਦਾ, ਮਤਲਬ ਪੇਟ ਜੇ ਤਾਂ ਟੋਇਲਟ ਜਾ ਕੇ ਸਵੇਰੇ ਕਰ ਸਕਦੇ ਹੋ ਬਹੁਤ ਵਧੀਆ, ਜੇ ਨਹੀਂ ਕਰ ਸਕਦੇ ਕਿਤੇ ਡਿਊਟੀ ਹੈ ਤੇ ਖਾਣੇ ਤੋਂ 3 ਘੰਟੇ ਬਾਅਦ, ਮਤਲਬ ਖਾਣਾ 2-2.5-3 ਘੰਟੇ ਹੋ ਚੁੱਕੇ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲੇ ਛੱਤ ਦੇ ਥੱਲੇ ਕਰਨਾ, ਔਰ ਉੱਥੇ ਮਿੱਟੀ ਨਾ ਹੋਵੇ, ਬਿਲਕੁਲ ਸਫਾਈ ਹੋਣੀ ਚਾਹੀਦੀ ਹੈ। ਤੁਹਾਡੇ ਕੋਲ ਕੋਈ ਛੋਟਾ ਬੱਚਾ, ਕੋਈ ਪੈਟ ਘਰ 'ਚ ਕੋਈ ਕੁੱਤਾ ਬਿੱਲੀ ਪਾਲੀ ਆ, ਉਹ ਨਹੀਂ ਹੋਣਾ ਚਾਹੀਦਾ, ਜਾਨਵਰ ਤੁਹਾਡੇ ਕੋਲ ਨਹੀਂ ਹੋਣਾ ਚਾਹੀਦਾ। ਸਫਾਈ ਹੋਣੀ ਚਾਹੀਦੀ ਹੈ, ਕੋਈ ਮੋਬਾਈਲ ਨਹੀਂ ਸਵਿਚ ਆਨ ਕੀਤਾ ਦੇ ਨਾਲ ਰੱਖੋ, ਮੋਬਾਈਲ ਚੱਲਦਾ ਰਹੇ, ਮੋਬਾਈਲ ਬੰਦ ਕਰਕੇ ਆਪਣੇ ਆਪ 'ਚ ਬੈਠ ਜਾਣਾ। ਸਭ ਤੋਂ ਪਹਿਲੇ ਵਾਰਮ ਅਪ ਕਰਨਾ, ਸਭ ਤੋਂ ਪਹਿਲੇ ਕੀ ਕਰਨਾ, ਲਿਖੋ ਵਾਰਮ ਅਪ, ਕੀ ਕਰਨਾ ਹੈ ਵਾਰਮ ਅਪ। ਹੁਣ ਸਾਰੇ ਜਿਹਨੇ ਸੋਚੀ ਜਾਓ ਵਾਰਮ ਅਪ ਤੁਸੀਂ ਕੀ ਕਰਦੇ ਪਏ ਸੀਗੇ, ਯਾਦ ਹੈ, ਥੋੜਾ ਜਿਹਾ ਉਛਲ ਕੁੱਦ ਕੀਤਾ ਆਪਣੇ ਸਰੀਰ ਦੇ ਹਿਸਾਬ ਸਿਰ, ਤਾਂ ਕਿ ਬਲੱਡ ਦੀ ਸਰਕੂਲੇਸ਼ਨ ਫਾਸਟ ਹੋ ਜਾਵੇ।
ਜ਼ਿਆਦਾ ਵੀ ਨਹੀਂ ਕਰਨਾ ਤੇ ਆਪਾਂ ਥੋੜਾ ਜਿਹਾ ਘੱਟ ਨਹੀਂ ਕਰਨਾ। ਗਰਮੀਆਂ ਚ ਘੱਟ ਸਾਨੂੰ ਚਾਹੀਦੀ ਹੁੰਦੀ ਹੈ, ਵਾਰਮ ਅਪ ਸਰਦੀ ਥੋੜੀ ਜਿਹੀ ਜ਼ਿਆਦਾ ਚਾਹੀਦੀ। ਇੰਟਰਨੈਟ ਤੇ ਚਲਾਉਣਾ। ਵਾਰਮ ਅਪ ਤੋਂ ਬਾਅਦ ਆਪਾਂ ਕਰਨਾ ਹੈ ਜੋੜਾ ਘੁਮਾਣਾ, ਜੁਆਇੰਟ ਰੋਟੇਸ਼ਨ, ਜੋੜਾ ਨੂੰ ਘੁਮਾਣਾ, ਜੋੜਾ ਨੂੰ ਘੁਮਾਣਾ, ਜੁਆਇੰਟ ਰੋਟੇਸ਼ਨ। ਕਲੀਅਰ ਹੈ ਸਾਰਿਆਂ ਨੂੰ? ਹਾਂਜੀ। ਲਿਖੋ ਗਰਦਨ ਤੋਂ ਸ਼ੁਰੂ ਕਰਦੇ ਹੋਏ ਪੈਰ ਵੱਲ, ਗਰਦਨ ਤੋਂ ਸ਼ੁਰੂ ਕਰਦੇ ਹੋਏ ਨੀਚੇ ਪੈਰ ਵੱਲ ਜੋੜਾ ਨੂੰ ਘੁਮਾਣਾ। ਤੁਸੀਂ ਨਹੀਂ ਤਾਂ ਕੋਈ ਦੋ ਚਾਰ ਆਪਸ ਹੈਗੇ ਹੋ ਜਿਹਨਾਂ ਲਿਖ ਲਏ, ਜੇ ਪਹਿਲੇ ਘੱਟ ਗਿਆ ਤੇ ਬਾਅਦ ਚੋਂ ਆਪਾਂ ਲਗਾ ਦਈਏ। ਜੋੜਾ ਨੂੰ ਘੁਮਾਣਾ, ਜੋੜਾ ਤੋਂ ਬਾਅਦ ਲਿਖੋ ਕਿ ਖੜੇ ਹੋ ਕੇ ਆਪਾਂ ਸਿੱਧੇ ਹੱਥ ਉੱਪਰ ਲੈ ਕੇ ਜਾਣੇ ਆ, ਇਹਨੂੰ ਕਹਿੰਦੇ ਤੜ ਆਸਣ। ਦੇਖੋ ਤੜ ਆਸਣ, ਤੜ ਆਸਣ, ਤੜ ਹੁੰਦੀ ਨਾ, ਅਸੀਂ ਕਹਿੰਦੇ ਯਾਰ ਬੰਦੇ ਕੋਲ ਤੜਾ ਆਕੜ ਜਾਣਾ ਹੈ ਨਾ। ਖੜੇ ਹੋ, ਖੜੇ ਹੋ, ਲਿਖ ਲਓ ਖੜੇ ਹੋ ਕੇ ਆਸਣ, ਉੱਪਰ ਲੈ ਜਾਣਾ ਸੱਜੇ ਖੱਬੇ, ਸੱਜੇ ਖੱਬੇ, ਸੱਜੇ ਖੱਬੇ ਤੇ ਅੱਗੇ ਪਿੱਛੇ, ਅੱਗੇ ਪਿੱਛੇ। ਫਿਰ ਆਪਾਂ ਬੈਠ ਕੇ ਦੇਖੋ, ਬੈਠ ਬੈਠ ਕੇ ਆਸਣ, ਪਰਵਤ ਆਸਣ, ਪਰਵਤ ਆਸਣ ਕਲੀਅਰ ਹੈ ਕਿ ਦੋਨੋਂ ਹੱਥ ਉੱਪਰ ਟੱਚ ਕਰਦੇ ਹੋਏ, ਹੈ ਨਾ। ਜੇ ਕਿਸੇ ਨੂੰ ਨਹੀਂ ਪਤਾ ਲੱਗਦਾ, ਕੋਈ ਸ਼ੱਕ ਲੱਗਦਾ, ਹਾਂ ਪਤਾ ਲੱਗਦਾ, ਪੂਰੀਆਂ ਸਿੱਧੀਆਂ ਸਟੇਟ, ਪੂਰੀਆਂ ਸਟੇਟ, ਪਰਵਤ ਆਸਣ। ਪਰਵਤ ਆਸਣ ਤੋਂ ਬਾਅਦ ਅਸੀਂ ਕੀਤਾ ਸੀਗਾ ਬਟਰਫਲਾਈ ਆਸਣ, ਤਿੱਤਲੀ ਆਸਣ, ਤਿੱਤਲੀ ਆਸਣ, ਤਿੱਤਲੀ ਲੋਕਾਂ ਨੇ ਕਿਤਾਬ ਹੁੰਦਾ। ਅਸੀਂ ਵਿੱਚੋਂ ਪੇਜ ਨੇ ਹਜੇ ਬਹੁਤ ਹਲਕਾ ਕਰਦੇ ਪਏ ਹਾਂ, ਥੋੜਾ ਜਿਹਾ ਥੋੜਾ ਜਿਹਾ ਆਪਾਂ ਪੂਰਾ ਮਤਲਬ ਜ਼ੋਰ ਲਗਾ ਕੇ, ਤਾਂ ਕਿ ਜਿਹੜੇ ਬੋਲੇ ਆ ਨਾ, ਕੋਸ਼ਿਸ਼ ਕਰੋ ਕਿ ਜ਼ਮੀਨ ਤੇ ਟੱਚ ਕਰਨ, ਥੋੜਾ ਜਿਹਾ ਜ਼ਿਆਦਾ ਜ਼ੋਰ ਲਗਾ ਕੇ ਆਪਾਂ, ਇਹ ਦੇਖੋ ਹੈ ਨਾ, ਪੂਰਾ ਮਤਲਬ ਜ਼ਿਆਦਾ ਤੋਂ ਜ਼ਿਆਦਾ ਥੋੜਾ ਜਿਹਾ ਜ਼ੋਰ ਲਗਾ। ਤੇ ਉਸ ਤੋਂ ਬਾਅਦ ਆਪਾਂ ਕੀਤਾ ਹੈ ਕਡਲਿੰਗ ਦੀ ਬੇਬੀ, ਬੱਚੇ ਨੂੰ ਖਿਲਾਉਣਾ, ਬੱਚੇ ਨੂੰ ਖਿਲਾਉਣਾ। ਇਹ ਦੇਖੋ ਜਰਾ ਕਿ ਆਪਣਾ ਪੂਰੀ ਟੰਗ ਪਕੜ ਲੈਣੀ ਹੈ, ਪੂਰੀ ਟੰਗ, ਇਹ ਜੁਆਇੰਟ ਤੋਂ ਪੈਰ ਨੂੰ ਜੁਆਇੰਟ ਤੇ ਲੈਣਾ, ਗੋਡੇ ਨੂੰ ਕੂਣੀ ਦੇ ਜੁਆਇੰਟ ਤੇ, ਤੇ ਫਿਰ ਪੂਰਾ ਟਵਿਸਟ ਕਰਨਾ ਸੱਜੇ ਖੱਬੇ, ਪੂਰਾ ਟਵਿਸਟ, ਬਾਡੀ ਟਵਿਸਟ ਕਰਨਾ, ਹੈ ਨਾ, ਬੱਚੇ ਕੋ ਖਿਲਾਉਣਾ। ਫਿਰ ਇਸ ਤੋਂ ਬਾਅਦ ਅਸੀਂ ਕੀਤਾ ਸੀਗਾ ਕਿਹੜਾ ਕੀਤਾ ਸੀ ਆਸਣ, ਕੋਲੈਪਸਿੰਗ ਆਨ ਦੀ ਗਰਾਊਂਡ, ਬੱਚੇ ਬੱਚੇ ਜੈਸਾ, ਕੋਲੈਪਸਿੰਗ ਆਨ ਦੀ ਗਰਾਊਂਡ, ਲਿਖੋ ਕੋਲੈਪਸ, ਕੋਲੈਪਸਿੰਗ ਆਨ ਦੀ ਗਰਾਊਂਡ, ਹਾਂ, ਸ਼ਿਸ਼ੂ ਆਸਣ ਲਿਖ ਲਓ, ਸ਼ਿਸ਼ੂ ਆਸਣ, ਸ਼ਿਸ਼ੂ ਆਸਣ, ਸ਼ਿਸ਼ੂ ਆਸਣ। ਸ਼ਿਸ਼ੂ ਆਸਣ ਤੋਂ ਬਾਅਦ ਤੁਸੀਂ ਢਿੱਡ ਦੇ ਭਾਰ ਲੇਟ ਜਾਣਾ, ਮਕਰ ਆਸਣ ਚ ਲੇਟ ਕਰ ਕਰਨੇ ਵਾਲੇ ਆਸਣ, ਲੇਟ ਕਰ ਕਰਨੇ ਵਾਲੇ ਆਸਣ। ਪਹਿਲਾ ਆਸਣ ਹੈ ਮਕਰ ਆਸਣ, ਮਕਰ ਕ੍ਰੋਕੋਡਾਇਲ, ਮਕਰ ਆਸਣ, ਮਕਰ ਆਸਣ ਕਲੀਅਰ ਹੈ ਸਾਰਿਆਂ ਨੂੰ? ਤੇ ਦੋਨੋਂ ਹੱਥ ਸਾਈਡਾਂ ਤੇ, ਕੰਨ ਥੱਲੇ ਤੇ ਪੈਰ ਬਾਹਰ ਨੂੰ ਦੋਨੋਂ, ਹੈ। ਫਿਰ ਉਸ ਤੋਂ ਬਾਅਦ ਲਿਖੋ ਸੁਪਰਮੈਨ ਪੋਜ, ਸੁਪਰਮੈਨ ਪੋਜ, ਸੁਪਰਮੈਨ ਪੋਜ, ਸੁਪਰਮੈਨ ਪੋਜ ਤੋਂ ਬਾਅਦ ਲਿਖੋ ਤ੍ਰਿਕੋਣ ਆਸਣ, ਉਲਟਾ ਤ੍ਰਿਕੋਣ ਆਸਣ ਇਹਨੂੰ ਕਹਿੰਦੇ ਵੈਸੇ, ਕਿ ਇੱਕ ਬਾਂਹ ਉੱਪਰ ਤੇ ਉਲਟੀ ਸਾਈਡ ਦੀ ਡਾਂਗ ਉੱਪਰ, ਹੈ ਨਾ, ਤੇ ਤੁਹਾਡੀ ਲੋਅਰ ਬੈਕ ਲਈ ਬਹੁਤ ਅੱਛਾ ਆਸਣ ਹੈ।
ਇਸ ਤੋਂ ਬਾਅਦ ਲਿਖੋ ਭੁਜੰਗ ਆਸਨ, ਭੁਜੰਗ ਵਰ ਉਹਦੀ ਮਾਤਰਾ ਜਗ ਭੁਜੰਗ ਸਨੇਕ ਕੋਪ ਸਨੇਕ ਕੋਸ ਸਰਪ ਆਸਨ ਹਾਂ ਭੁਜੰਗ ਆਸਨ ਜਾਂ ਸਰਪ ਆਸਨ। ਇਸ ਤੋਂ ਬਾਅਦ ਲਿਖੋ ਕਿ ਰਾਈਟ ਸਾਈਡ ਤੋਂ ਮੁੜ ਕੇ ਪਿੱਠ ਦੇ ਭਾਰ ਆ ਜਾਣਾ, ਪੀਠ ਪਰ ਲੇਟ ਕਰ ਕਰਨੇ ਵਾਲੇ ਆਸਨ, ਪਿੱਠ ਤੇ ਪਿੱਠ ਦੇ ਭਾਰ ਲੇਟ ਕੇ ਕਰਨ ਵਾਲੇ ਆਸਨ। ਪਹਿਲਾਂ ਲਿਖੋ ਨੌਕਾ ਆਸਨ ਬੋਟ, ਨੌਕਾ ਆਸਨ ਬੋਟ। ਕਿਸ਼ਤੀ ਆਸਨ ਜਿੱਦਾਂ ਤੁਹਾਨੂੰ ਸਮਝ ਲਾ ਕੇ ਲਿਖ ਲਓ ਬੋਟ ਆਸਨ ਤੇ ਕਿਸ਼ਤੀ ਆਸਨ। ਕਿਸ਼ਤੀ ਆਸਨ ਤੋਂ ਬਾਅਦ ਅਸੀਂ ਕੀਤਾ ਸੀ ਪਵਨ ਮੁਕਤ ਆਸਨ, ਪਵਨ ਮੁਕਤ ਆਸਨ ਸੱਜੀ ਟੰਗ ਨਾਲ, ਖੱਬੀ ਟੰਗ ਨਾਲ, ਫਿਰ ਦੋਨਾਂ ਟੰਗਾਂ ਦੇ ਨਾਲ, ਹੈ ਨਾ, ਜਿਸ ਤਰ੍ਹਾਂ ਠੀਕ ਲੱਗਦਾ ਉਸ ਤਰ੍ਹਾਂ ਲਿਖ ਲਓ। ਹਾਂ ਸੱਜੀ ਖੱਬੀ ਫਿਰ ਦੋਨਾਂ ਟੰਗਾਂ ਨਾਲ ਪਵਨ ਮੁਕਤ ਆਸਨ। ਫਿਰ ਅਸੀਂ ਕੀਤਾ ਸੀਗਾ ਸਾਈਕਲਿੰਗ, ਸਾਈਕਲਿੰਗ ਹੈ ਨਾ, ਬੋਡੀ ਸ਼ੇਕ ਕਰਨੀ ਹੈ 100% ਪੂਰੀ ਤਰ੍ਹਾਂ ਬੋਡੀ ਸ਼ੇਕ ਹੋ ਜਾਏ ਸਾਈਕਲਿੰਗ। ਹਾਂ ਸਾਈਕਲਿੰਗ, ਸਾਈਕਲ ਚਲਾਉਣਾ ਹੈ ਨਾ, ਜੇ ਤਾਂ ਘਰ ਹੈ ਗਏ ਥੋੜ੍ਹਾ ਜਿਹਾ ਹਲਕਾ ਜਿਹਾ ਹੱਸ ਲੈਣਾ, ਜ਼ਿਆਦਾ ਜ਼ੋਰ ਲਈ ਹਾ ਕਰ ਲੈਣਾ ਤਾਂ ਕਿ ਲੰਗਸ ਜਿਹੜੇ ਖੁੱਲ੍ਹ ਜਾਣ, ਥੋੜ੍ਹੇ ਜਿਹੇ ਜਿਹੜੇ ਫੇਸ ਦੇ ਹੈ ਚਿਹਰੇ ਮਸਲਸ ਹੈ ਰਿਲੈਕਸ ਹੋ ਜਾਣ, ਇਹ ਪਰਪਜ਼ ਆ ਜਾਣਾ। ਫਿਰ ਇਸ ਤੋਂ ਬਾਅਦ ਲਿਖੋਗੇ ਆਪਾਂ ਥ੍ਰੀ ਸਟੇਜ ਪ੍ਰਾਣਾਯਾਮ ਜਾਂ ਕਨਿਸ਼ਠ ਪ੍ਰਾਣਾਯਾਮ, ਥ੍ਰੀ ਸਟੇਜ ਪ੍ਰਾਣਾਯਾਮ ਜਾਂ ਕਨਿਸ਼ਠ ਪ੍ਰਾਣਾਯਾਮ। ਕ ਨਨ ਵਿਧੀ ਮਾਤਰਾ ਸ਼ਠ ਕਨਿਸ਼ਠ, ਕਨਿਸ਼ਠ ਪ੍ਰਾਣਾਯਾਮ, ਥ੍ਰੀ ਸਟੇਜ ਪ੍ਰਾਣਾਯਾਮ ਜਾਂ ਕਨਿਸ਼ਠ ਪ੍ਰਾਣਾਯਾਮ, ਪ੍ਰਾਣਾਯਾਮ ਹੈ ਨਾ। ਇਹਦੇ ਵਿੱਚ ਲਿਖੋ ਫਸਟ ਸਟੇਜ 8 ਵਾਰੀ, ਫਸਟ ਸਟੇਜ 8 ਵਾਰੀ, ਸੈਕਿੰਡ ਸਟੇਜ 8 ਵਾਰੀ, ਸੈਕਿੰਡ ਸਟੇਜ 8 ਵਾਰੀ, ਥਰਡ ਸਟੇਜ 6 ਵਾਰੀ, ਥਰਡ ਸਟੇਜ 6 ਵਾਰੀ। ਹੁਣ ਥਰਡ ਸਟੇਜ ਦਾ ਦੇਖੋ ਕਿ ਆਪਾਂ ਕੂਣੀਆਂ ਥੋੜ੍ਹੇ ਜਿਹੇ ਮਿੰਟ ਢਿੱਲੀਆਂ ਰੱਖਦੇ ਹਾਂ, ਦੇਖੋ ਜਰਾ ਇੱਕ ਵਾਰੀ ਕਿ ਆਪਾਂ ਦੋਨਾਂ ਕੂਣੀਆਂ ਦੇ ਵਿੱਚ ਨਾ ਸਿਰ ਨੂੰ ਪਕੜ ਲੈਣਾ 6 ਵਾਰੀ, 8 8 6 ਵਾਰੀ। ਹੈ ਇਹ ਦੇਖੋ ਬੈਠਣ ਦੀ ਵਿਧੀ ਬਹੁਤ ਜ਼ਰੂਰੀ ਹੈ, ਤੁਸੀਂ ਕਈ ਜਿਹਨੇ ਨਾ ਗਰਦਨ 'ਚ ਸਟਿਫਨੈਸ ਹੈ ਹੱਥ ਆਪਾਂ ਥੱਲੇ ਰੱਖ ਲੈਂਦੇ ਹਾਂ, ਥ੍ਰੀ ਸਟੇਜ ਪ੍ਰਾਣਾਯਾਮ। ਹੈ ਫਿਰ ਦੇਖੋ ਕਿ 4 ਦੀ ਗਿਣਤੀ 'ਤੇ ਸਾਹ ਅੰਦਰ, 4 ਦੀ ਗਿਣਤੀ ਤੱਕ ਸਾਹ ਅੰਦਰ, 4 ਦੀ ਗਿਣਤੀ ਤੱਕ ਰੋਕ ਕੇ ਰੱਖਣਾ, ਸਾਸ ਸਵਾਸਾਂ ਨੂੰ ਰੋਕਣਾ, 6 ਦੀ ਗਿਣਤੀ ਨਾਲ ਬਾਹਰ, ਫਿਰ 2 ਦੀ ਗਿਣਤੀ ਤੇ ਰੋਕ ਕੇ ਰੱਖਣਾ। 4 ਤੇ ਰੋਕਣਾ, 6 ਤੇ, 4 ਤੇ ਅੰਦਰ, 4 ਤੇ ਰੋਕਣਾ, 6 ਦੀ ਗਿਣਤੀ ਦੇ ਬਾਅਦ, ਫਿਰ 2 ਦੀ ਗਿਣਤੀ ਤੱਕ ਰੋਕ ਕੇ ਰੱਖਣਾ। ਹਰ ਸਟੇਜ ਵਿੱਚ ਵਿਸ਼ਰਾਮ ਦਿਓ, ਹਰ ਸਟੇਜ ਵਿੱਚ ਵਿਸ਼ਰਾਮ, ਇਹ ਬਹੁਤ ਜ਼ਰੂਰੀ ਹੈ, ਕੰਟੀਨਿਊਸਲੀ ਨਹੀਂ ਆਪਾਂ ਕਰਨਾ ਹੈਗਾ।
ਹਰ ਸਟੇਜ ਵਿੱਚ ਵਿਸ਼ਰਾਮ, ਅੱਧੇ ਤੋਂ ਇੱਕ ਮਿੰਟ ਦਾ ਵਿਸ਼ਰਾਮ, ਤੇ ਥਰਡ ਸਟੇਜ ਤੋਂ ਬਾਅਦ ਥੋੜਾ ਜਿਹਾ ਲੰਬਾ ਵਿਸ਼ਰਾਮ ਕਰਨਾ, ਥੋੜਾ ਜਿਹਾ ਲੰਬਾ। ਫਿਰ ਲਿਖੋ ਭਸਤ੍ਰਿਕਾ ਪ੍ਰਾਣਾਯਾਮ, ਭਸਤ੍ਰਿਕਾ ਪ੍ਰਾਣਾਯਾਮ 20-20 ਦੇ 3 ਰਾਊਂਡ। ਇਹ ਦੇਖੋ ਜਰਾ ਇੱਕ ਵਾਰੀ ਧਿਆਨ ਨਾਲ ਕਿ ਬਸ ਆਰਾਮ ਨਾਲ ਮੁੱਠੀਆਂ ਬੰਨ੍ਹ ਢਿੱਲੇ, ਕੋਈ ਆਕੜਨਾ ਨਹੀਂ ਹੈਗਾ ਸਰੀਰ ਨੂੰ, ਰਿਲੈਕਸ ਚਿਹਰੇ ਤੇ ਮੁਸਕਾਨ। ਤੇ ਜਦੋਂ ਕਹਿੰਦਾ ਇਨ ਤੇ ਹੱਥ ਉੱਪਰ ਜਾ ਕੇ ਖੁੱਲ ਜਾਣਗੇ, ਜਦੋਂ ਕਹਿੰਦਾ ਬੰਨ ਤੇ ਥੱਲੇ ਆ ਕੇ ਸਾਹ ਥੋੜਾ ਜਿਹਾ ਨਾਕੜਾ ਸਾਹ ਬਾਹਰ ਕੱਢਣਾ ਤੇ ਮੁੱਠੀ ਬੰਨ। 20-20 ਦੇ 3 ਰਾਊਂਡ, ਹਰ ਰਾਊਂਡ ਵਿੱਚ ਵਿਸ਼ਰਾਮ, ਹਰ ਰਾਊਂਡ ਵਿੱਚ ਵਿਸ਼ਰਾਮ। ਹਰ ਰਾਊਂਡ ਵਿੱਚ ਵਿਸ਼ਰਾਮ। ਫਿਰ ਲਿਖੋ 3 ਵਾਰੀ ਓਂਕਾਰ ਦਾ ਉਚਾਰਨ, 3 ਵਾਰੀ ਇੱਕ ਓਂਕਾਰ ਜਾਂ ਓਂ ਦਾ ਉਚਾਰਨ। ਫਿਰ ਲਿਖੋ ਛੋਟੀ ਸੁਦਰਸ਼ਨ ਕ੍ਰਿਆ, ਛੋਟੀ ਸੁਦਰਸ਼ਨ ਕ੍ਰਿਆ। ਛੋਟੀ ਸੁਦਰਸ਼ਨ ਕ੍ਰਿਆ, ਛੋਟੀ ਸੁਦਰਸ਼ਨ ਕ੍ਰਿਆ ਦੇ ਲਿਖੋ 20 ਲੰਬੇ, 40 ਮੀਡੀਅਮ, 40 ਫਾਸਟ। 20 ਲੰਬੇ, 40 ਮੀਡੀਅਮ, 40 ਲੰਬੇ, 40 ਮੱਧਮ, 40 ਫਾਸਟ। 3 ਰਾਊਂਡ ਕਰਾਂਗੇ, ਜੇ 3 ਰਾਊਂਡ ਕੰਟੀਨਿਊਸਲੀ ਨਾ ਲਿਖੋ, 3 ਰਾਊਂਡ ਕੰਟੀਨਿਊਸਲੀ, 20 ਲੰਬੇ, 40 ਮੱਧਮ ਹੋਊਗਾ। ਹਾਂ, 40 ਮੱਧਮ, 40 ਫਾਸਟ, 3 ਰਾਊਂਡ, ਮਤਲਬ 300 ਸਾਹ ਕੰਟੀਨਿਊਸਲੀ ਲਗਾਤਾਰ। ਔਰ ਫਿਰ ਲਿਖੋ 5 ਲੰਬੇ ਸਾਹ, 5 ਲੰਬੇ ਸਾਹ, 5 to 10 minutes meditate ਕਿਸ ਤਰ੍ਹਾਂ ਕਰਨਾ ਹੈ ਨਾ। ਮੈਡੀਟੇਟ ਦਾ ਮਤਲਬ ਕੀ ਹੈ ਕਿ ਮਾਈਂਡ ਵਿਦਆਊਟ ਐਜੀਟੇਸ਼ਨ, ਕੀ ਕਹਿੰਦਾ ਮਨ ਜਿਹਦੇ ਚ ਕੋਈ ਐਜੀਟੇਸ਼ਨ ਨਹੀਂ। ਅਸੀਂ ਅਕਸਰ ਸੁਣਦੇ ਆਏ ਹਾਂ ਕਿ ਧਿਆਨ ਕਰੋ, ਤੁਸੀਂ ਇੱਕ ਚੀਜ਼ ਵੱਲ ਧਿਆਨ ਕਰੋ, ਪਰ ਮਨ ਦੀ ਜਿਹੜੀ ਕਾਰਜ ਕਰਨੇ ਦੀ ਵਿਧੀ ਹੈ ਨਾ, ਇਹ ਅਲੱਗ ਹੈ। ਇਹਨੂੰ ਅਸੀਂ ਜਿੰਨਾ ਇੱਕ ਪਾਸੇ ਲਾਉਂਦੇ ਹਾਂ, ਇਹ ਥੋੜ੍ਹੀ ਦੇਰ ਬਾਅਦ ਇਹਦਾ ਬੋਰੀਅਤ ਆਉਂਦੀ ਹੈ, ਦੂਸਰੇ ਪਾਸੇ ਨੜ ਜਾਂਦਾ। ਆਪਾਂ ਦੇਖਿਆ ਕਿ ਆਪਾਂ ਮਾਲਾ ਜਪਦੇ ਹਾਂ ਜਾਂ ਕੋਈ ਸਿਮਰਨ ਕਰਦੇ ਹਾਂ, ਪਰ ਧਿਆਨ ਕਿਤੇ ਹੋਰ ਚਲੇ ਜਾਂਦਾ। ਮੈਡੀਟੇਸ਼ਨ ਦਾ ਮਤਲਬ ਹੈ ਡੀਕਨਸੈਂਟ੍ਰੇਸ਼ਨ, ਕਿ ਕਿਸੇ ਵੀ ਚੀਜ਼ ਵੱਲ ਧਿਆਨ ਨਹੀਂ ਦੇਣਾ, ਆਪਣਾ ਬੈਠ ਕੇ ਬਿਲਕੁਲ ਡੀਕਨਸੈਂਟ੍ਰੇਟ ਕਰਨਾ। ਆਪਾਂ ਨੇ ਸ਼ੁਰੂ ਕਰਨਾ ਧਿਆਨ ਕਿੱਦਾਂ ਕਰਨਾ, ਪਹਿਲੇ ਥੋੜ੍ਹਾ ਜਿਹਾ ਸਵਾਸਾਂ ਵੱਲ ਧਿਆਨ ਲੈ ਜਾਓ ਕਿ ਸਾਹ ਕਿਸ ਤਰ੍ਹਾਂ ਚੱਲ ਰਹੇ ਹੈ ਜਾਂ ਮਨ 'ਚ ਕਿੱਦਾਂ ਦੇ ਵਿਚਾਰ ਚੱਲ ਰਹੇ ਹੈ। ਤੁਸੀਂ ਦੇਖਣਾ ਕਿ ਹੌਲੀ ਹੌਲੀ ਇੱਕਦਮ ਤੁਹਾਡੇ ਮਨ 'ਚੋਂ ਵਿਚਾਰ ਆਉਣੇ ਘੱਟਦੇ ਜਾ ਰਹੇ ਹੈ, ਹੌਲੀ ਹੌਲੀ ਮਨ 'ਚੋਂ ਵਿਚਾਰ ਆਉਣੇ ਬੰਦ ਹੋ ਜਾਣਗੇ। ਉਹਨੂੰ ਕਹਿੰਦੇ ਸਹਿਜ ਸਮਾਧੀ ਅਵਸਥਾ, ਜਿਹੜੀ ਕਿ ਬਹੁਤ ਹੀ ਪਲ ਲਈ ਆਉਂਦੀ ਹੈ। ਮੈਡੀਟੇਸ਼ਨ ਮਤਲਬ ਡੀਕਨਸੈਂਟ੍ਰੇਸ਼ਨ, ਕਿਸੇ ਚੀਜ਼ ਵੱਲ ਧਿਆਨ ਨਹੀਂ ਦੇਣਾ। ਕੰਸੈਂਟ੍ਰੇਸ਼ਨ ਇਜ਼ ਦਾ ਰਿਜ਼ਲਟ ਆਫ ਦੀ ਮੈਡੀਟੇਸ਼ਨ, ਜਿਹੜੀ ਇੰਨੀ ਇਕਾਗਰਤਾ ਸਾਡੇ 'ਚ ਵੱਧ ਜਾਂਦੀ ਹੈ ਉਹ ਧਿਆਨ ਦੇ ਕਾਰਨ ਵੱਧਦੀ ਹੈ। ਪਰ ਧਿਆਨ ਕਰਨ ਦੀ ਵਿਧੀ ਹੈ ਡੀਕਨਸੈਂਟ੍ਰੇਸ਼ਨ, ਕਿਉਂਕਿ ਸਰੀਰ ਦੇ ਸਤਰ 'ਤੇ ਤਾਂ ਸਾਨੂੰ ਜ਼ੋਰ ਲਗਾਉਣਾ ਪੈਂਦਾ ਕਿਸੇ ਚੀਜ਼ 'ਤੇ। ਜੇ ਆਪਾਂ ਖਾਣਾ ਖਾਣਾ ਜ਼ੋਰ ਲਾਉਣਾ ਪੈਂਦਾ, ਜੇ ਮਸਲ ਬਣਾਉਣੇ ਆ ਤਾਂ ਸਾਨੂੰ ਜ਼ੋਰ ਲਾਉਣਾ ਪੈਂਦਾ, ਪਰ ਜੇ ਅਸੀਂ ਮਨ ਦੇ ਸਤਰ 'ਤੇ ਕੋਈ ਕੰਮ ਕਰਨਾ ਹੈ ਤਾਂ ਬਿਲਕੁਲ ਵੀ ਐਫਰਟ ਨਹੀਂ ਕਰਨਾ।
ਕੋਈ ਜ਼ੋਰ ਨਹੀਂ ਲਗਾਉਣਾ। ਤੁਸੀਂ ਜਿੰਨਾ ਕਿਸੇ ਚੀਜ਼ ਵੱਲ ਜ਼ੋਰ ਲਗਾਓਗੇ ਮਨ ਦੇ ਸਤ ਤੇ ਉਨੀ ਜ਼ਿਆਦਾ ਘੁੰਮੇਗੀ। ਜੇ ਮੈਂ ਕਹਾਂ ਕਿ ਮਨ ਤੇ ਅੱਛਾ ਜ਼ੋਰ ਲਗਾਓ ਕਿ ਤੁਹਾਡਾ ਡਾਂਸਿੰਗ ਬੰਦਰ ਦਾ ਡਾਂਸ ਕਰਦੇ ਹੋ ਬੰਦਰ ਦਾ ਧਿਆਨ ਨਹੀਂ ਕਰਨਾ, ਤੁਸੀਂ ਜਿੰਨਾ ਛੱਡਣਾ ਚਾਹੋਗੇ ਉਨਾ ਹੀ ਹੋਰ ਜ਼ਿਆਦਾ ਵੱਧਦਾ ਜਾਏਗਾ। ਦੀ ਲੈਂਗੁਏਜ ਆਫ ਬੋਡੀ ਇਜ਼ ਐਫਰਟ, ਦੀ ਲੈਂਗੁਏਜ ਆਫ ਮਾਇੰਡ ਇਜ਼ ਐਫਰਟਲੈਸਨੈਸ। ਕਿ ਜਿਹੜੀ ਸਰੀਰ ਦੇ ਸਤਰ ਤੇ ਹੈ ਉਹਦਾ ਮਤਲਬ ਹੈ ਜੀ ਜ਼ੋਰ ਲਗਾਉਣਾ, ਐਫਰਟ ਕਰਨਾ, ਪਰ ਮਨ ਦੇ ਸਤਰ ਤੇ ਆਪਾਂ ਕੋਈ ਵੀ ਐਫਰਟ ਨਹੀਂ ਕਰਨਾ। ਬਸ ਧਿਆਨ ਦੇ ਵਿੱਚ ਡੀਕਨਸਟਰੇਸ਼ਨ, ਕਿਸੇ ਚੀਜ਼ ਵੱਲ ਧਿਆਨ ਨਹੀਂ, ਥੋੜ੍ਹਾ ਜਿਹਾ ਵਿਚਾਰਾਂ ਵੱਲ ਦੇਖਣਾ, ਵਿਚਾਰ ਚੱਲਦੇ ਪਏ ਆ, ਪਾਸਟ ਪ੍ਰੈਜੈਂਟ ਜੋ ਵੀ ਹੈ ਉਹਨਾਂ ਨੂੰ ਚੱਲਣ ਦੇਣਾ, ਲੈਟ ਗੋ, ਸਵੀਕਾਰ ਕਰਨਾ, ਅੱਗੇ ਅੱਗੇ ਵਿਚਾਰ ਕਰਦੇ ਜਾਣਗੇ। ਦੈਟ ਇਜ਼ ਕਾਲਡ ਮੈਡੀਟੇਸ਼ਨ। ਇੱਦਾਂ ਹੀ ਆਰਟ ਆਫ ਲਿਵਿੰਗ ਦੇ ਵਿੱਚ ਇੱਕ ਮੈਡੀਟੇਸ਼ਨ ਦਾ ਤਰੀਕਾ ਦੱਸਿਆ ਜਾਂਦਾ, ਸਹਿਜ ਸਮਾਧੀ। ਉਹ ਤੁਸੀਂ ਕੋਈ ਵੀ ਕਰ ਸਕਦੇ ਹੋ ਸਹਿਜ ਸਮਾਧੀ। ਉਹਦੇ ਵਿੱਚ ਤੁਹਾਡੇ ਹਿਸਾਬ ਸਿਰ ਕੋਈ ਤੁਹਾਨੂੰ ਸ਼ਬਦ ਦਿੱਤਾ ਜਾਂਦਾ, ਉਹ ਤੁਸੀਂ ਸ਼ਬਦ ਦੇ ਨਾਲ ਬਰੀਦਿੰਗ ਕਰਨਾ, ਸਿਸਟਮ ਹੈਗਾ ਉਹਦੇ ਨਾਲ, ਇੱਕ ਤਾਂ ਬਹੁਤ ਜਲਦੀ ਅਸੀਂ ਆਪਣੀ ਸਹਿਜ ਅਵਸਥਾ 'ਚ ਪਹੁੰਚ ਜਾਂਦੇ। ਇਹ ਜਿਹੜਾ ਕੋਰਸ ਹੈ ਜੀਵਨ ਜਿਉਣ ਦੀ ਕਲਾ, ਇਹ ਤੁਸੀਂ ਪਾਰਟ 1 ਕੋਰਸ ਕੀਤਾ, ਕਿਹੜਾ ਕੀਤਾ? ਪਾਰਟ 1। ਇਸ ਤੋਂ ਬਾਅਦ ਅੱਗੇ ਪਾਰਟ 2 ਕੋਰਸ ਹੈਗਾ, ਇੱਕ DSL ਹੈਗਾ, ਦਿਵਯ ਸਮਾਜ ਦਾ ਨਿਰਮਾਣ। ਇਸ ਤਰ੍ਹਾਂ ਅਲੱਗ ਅਲੱਗ ਕੋਰਸਿਸ ਹੈਗੇ, ਬੱਚਿਆਂ ਦੇ ਕੋਰਸ ਹੈਗੇ ਆ 8 ਸਾਲ ਤੋਂ ਲੈ ਕੇ 16 ਸਾਲ ਤੱਕ, 16 ਸਾਲ ਤੋਂ ਲੈ ਕੇ 30 ਸਾਲ ਦੇ ਬੱਚਿਆਂ ਤੱਕ ਅਲੱਗ ਅਲੱਗ ਕੋਰਸਿਸ ਹੈਗੇ ਆ। ਤੁਸੀਂ ਕੋਈ ਵੀ ਆਪਣੀ ਫੈਮਿਲੀ ਨੂੰ ਕੋਰਸ ਕਰਾ ਸਕਦੇ ਹੋ। ਸਾਰਿਆਂ ਦਾ ਕਰਨਾ ਜ਼ਰੂਰੀ ਹੈ ਨਾ, ਹੈ ਨਾ, ਕਰਨਾ ਚਾਹੀਦਾ ਨਾ ਸਾਨੂੰ। ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਜਾਣਨਾ, ਆਪਣੇ ਸਰੀਰ ਨੂੰ ਠੀਕ ਕਰਨਾ, ਕਿਉਂਕਿ ਅਸੀਂ ਹੋਰ ਕਈ ਚੀਜ਼ਾਂ ਨਹੀਂ ਕੰਟਰੋਲ ਕਰ ਸਕਦੇ। ਇੰਨੀ ਮਿਲਾਵਟ ਭਰੀ ਖਾਣਾ ਆਉਂਦਾ ਪਿਆ, ਇਹੋ ਜਿਹੇ ਇੰਨੇ ਗੀਵਟ ਹੁੰਦੇ ਪਏ, ਪਰ ਆਪਾਂ ਸਭ ਤੋਂ ਪਹਿਲੇ ਆਪਣੇ ਆਪ ਨੂੰ ਫੜ ਲਈਏ। ਇੰਨਾ ਤੁਸੀਂ ਬਾਹਰ ਹੁੰਦੇ ਹੋ, ਇੰਨੀ ਪੋਇਜ਼ਨਸ ਜਾ ਰਹੀ ਹੈ ਅੰਦਰ, ਹੈ ਨਾ, ਡੀਜ਼ਲ ਦੇ ਕਿੱਦਾਂ ਫਿਊਜ਼ ਜਾਂਦੇ ਆ, ਅਤੇ ਆਪਾਂ ਨੇ ਉਸ ਚੀਜ਼ ਨੂੰ ਜ਼ਰੂਰ ਕਰਦੇ ਰਹਿਣਾ। ਕੋਈ ਵੀ ਮੁਸ਼ਕਲ ਲੱਗੇ, ਮੇਰਾ ਨਾਮ ਸੰਜੀਵ ਸੇਠ ਹੈ, ਮੇਰਾ ਫੋਨ ਨੰਬਰ ਨੋਟ ਕਰ ਲਓ ਸਾਰੇ ਜਿਹਨੇ, ਜਦੋਂ ਮਰਜ਼ੀ ਤੁਸੀਂ 24 ਘੰਟੇ 7 ਦਿਨ ਕੋਈ ਪ੍ਰੋਬਲਮ ਹੋਵੇ ਮੈਨੂੰ ਫੋਨ ਕਰ ਦੇਣਾ। ਸੰਜੀਵ ਸੇਠ, ਫਿਰ 9 2 1 6 3 ਫਿਰ 6 3 ਫਿਰ 9 2 1 ਫਿਰ 9 2 1। ਆਪਾਂ ਘੁੰਮ ਕੇ ਉੱਥੇ ਪਹੁੰਚ ਜਾਣਾ ਨਾ, 9 2 1 6 3 6 3 9 2 1। ਕੋਈ ਪ੍ਰੋਬਲਮ ਹੋਵੇ ਕਿਸੇ ਵੀ ਤਰ੍ਹਾਂ ਦੀ, ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜਦੋਂ ਮਰਜ਼ੀ। ਨਾੜੀ ਪ੍ਰੀਖਣ ਕਰਾਓ ਆਪਣਾ ਜ਼ਰੂਰ, ਉਹ ਤੁਸੀਂ ਆਪਣੇ ਘਰਦਿਆਂ ਦਾ ਵੀ ਕਰਾ ਸਕਦੇ ਹੋ, ਜਿਹੜੇ ਸ਼ਹਿਰ 'ਚ ਰਹਿੰਦੇ ਹੋ ਉੱਥੇ। ਹੁਣ ਤੁਸੀਂ ਇਹਦਾ ਧਿਆਨ ਰੱਖਣਾ ਕਿ ਜੀਵਨ ਜੀਣ ਦੀ ਕਲਾ ਦੇ ਪੋਸਟਰ ਜਾਂ ਕਿਸੇ ਵੇਲੇ ਵੀ ਲੱਗਦੇ ਆ, ਅਤੇ ਆਪਾਂ ਉਹ ਕਰ ਸਕਦੇ ਹਾਂ। ਕੋਈ ਵੀ ਤੁਸੀਂ ਆਪਣੇ ਪਿੰਡ ਦੇ ਆਸ ਪਾਸ, ਘਰ ਦੇ ਆਸ ਪਾਸ ਸੇਵਾ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਤੁਸੀਂ ਕੰਟੈਕਟ ਕਰੋ, ਅਸੀਂ ਆ ਕੇ ਉੱਥੇ ਸ਼ੁਰੂ ਕਰ ਸਕਦੇ ਹਾਂ। ਕੋਈ ਗਰੀਬ ਬੱਚਿਆਂ ਨੂੰ ਪੜ੍ਹਾਉਣਾ, ਲੜਕੀਆਂ ਨੂੰ ਪੜ੍ਹਾਉਣਾ, ਜਾਂ ਕੋਈ ਗਰੀਬ ਲੋਕਾਂ ਦੇ ਵਿੱਚ ਵੰਡਣਾ, ਕੁਛ ਵੀ ਕੰਮ ਹੈ। ਔਰ ਸਭ ਤੋਂ ਜ਼ਰੂਰੀ, ਨਸ਼ਾ ਮੁਕਤੀ ਦੇ ਕੈਂਪਾਂ 'ਚ ਜੇ ਕੋਈ ਫਸਿਆ ਹੋਇਆ ਉਹਨਾਂ ਨੂੰ ਆਪਾਂ ਭੇਜ ਦਈਏ। ਬਹੁਤ ਵੱਡਾ ਪੁੰਨ ਦਾ ਕੰਮ ਹੈਗਾ। ਕਲੀਅਰ? ਜੈ ਗੁਰਦੇਵ। ਅਤੇ ਅੱਜ ਮੈਂ ਤੁਹਾਨੂੰ ਬੁਲਾਉਣਾ, ਸੇਠੀ ਸਾਹਿਬ ਆਏ ਹੈ, ਇਹ ਵੀ ਸਾਡੇ ਸੇਵਾਦਾਰ ਹੈਗੇ ਆ, ਸਾਡੀ ਸਾਰੀ ਵਲੰਟਰੀ ਬੇਸਡ ਔਰਗਨਾਈਜੇਸ਼ਨ ਹੈ। ਤਾਲੀਆਂ ਨਾਲ ਸਵਾਗਤ ਹੋ ਜੇ ਇਹਨਾਂ ਦਾ। ਪਹਿਲਾਂ ਤੁਸੀਂ ਕਹਿੰਦੇ ਸੀ ਕੋਈ ਕਿਤਾਬਾਂ ਜਾਂ ਹੋਰ ਕੋਈ ਚੀਜ਼ਾਂ ਅਸੀਂ ਖਰੀਦਣੀਆਂ ਚਾਹੁੰਦੇ ਹਾਂ, ਉਹ ਇਹ ਲੈ ਕੇ ਆਏ ਆ। ਹੁਣ ਤੁਸੀਂ ਕੁਛ ਵੀ ਇਹ ਦਿਖਾਉਣਗੇ, ਤੁਸੀਂ ਪਰਚੇਜ ਕਰਨਾ ਕਰ ਲਓ। ਤ੍ਰਿਫਲਾ ਵਗੈਰਾ ਜਿਹੜਾ ਹੈਗਾ, ਜੇ ਐਸੀਡਿਟੀ ਵਗੈਰਾ ਦੀ ਪ੍ਰੋਬਲਮ ਹੈ ਤੇ ਤ੍ਰਿਫਲਾ ਵਗੈਰਾ ਖਾਓ, ਖਾਣੇ ਤੋਂ ਬਾਅਦ ਇੱਕ ਟੇਬਲੇਟ, ਇੱਕ ਗੋਲੀ ਬਸ। ਤੁਸੀਂ ਦੇਖਣਾ ਕਿ ਇੰਟਰਸਟਾਈਨ, ਸਾਰੀ ਬੋਡੀ ਕਿਸ ਤਰ੍ਹਾਂ ਕਲੀਨ ਹੁੰਦੀ ਹੈ।
ਤੇ ਸਾਡਾ ਕਈ ਵਾਰੀ ਪੇਟ ਵੱਜ ਜਾਂਦਾ ਨਾ, ਸਾਡਾ ਮਨ ਜਿਹੜਾ ਹੈਗਾ ਪੂਰਾ ਨਿਕਲਦਾ ਨਹੀਂ, ਸਟਾਈਨ ਜਿਹੜੀਆਂ ਹੈਗੀਆਂ ਉਹ ਡਰਾਈ ਹੋ ਜਾਂਦੀਆਂ ਅੰਦਰ, ਖਾਣਾ ਪੀਣਾ ਇਹੋ ਜਿਹਾ ਚੱਲਦਾ ਪਿਆ ਤੇ ਆਪਾਂ ਤ੍ਰਿਪਣਾ ਖਾ ਸਕਦੇ ਹਾਂ। ਲੀਵਰ ਦੀ ਹੈਗੀ ਆ ਬਦਹਜਮੀ ਵਗੈਰਾ, ਲੇਵਰ ਗੋਲੀਆਂ ਹੈਗੀਆਂ, ਇਹ ਸਾਰੀਆਂ ਆਸ਼ਰਮ ਦੀਆਂ ਪਿਓਰ ਹਰਬਸ ਨਾਲ ਤਿਆਰ ਕੀਤੀਆਂ ਜਾਂਦੀਆਂ, ਔਰ ਇਹਦੇ ਚੋਂ ਜੋ ਵੀ ਇਹਦੀ ਸੇਲ ਹੈ ਪ੍ਰੋਫਿਟ ਆ ਸਾਰਾ ਸੇਵਾ 'ਚ ਜਾਂਦਾ। ਇਹ ਜਿੰਨੇ ਆਪਣੇ ਪ੍ਰੋਡਕਟ ਹੈਗੇ ਆ ਇਹਨਾਂ ਦੀ ਜਿਹੜੀ ਜਾਂ ਤੁਹਾਡੀ ਫੀਸ ਜਿਹੜੀ ਲਿੱਤੀ ਜਾਣੀ ਹੈ ਇਹ ਸਾਰੀ ਆਸ਼ਰਮ ਜਾਣੀ ਆ, ਅਸੀਂ ਸਾਰੇ ਸੇਵਾ ਨਾਲ ਹੀ ਜੁੜੇ ਹੋਏ ਹਾਂ। ਹਾਂ ਬੱਚੇ ਵੀ ਖਾ ਸਕਦੇ ਆ, ਬੱਚਿਆਂ ਨੂੰ ਤੁਸੀਂ ਆਪਣਾ ਓਜਸ ਵੀਟਾ ਹੈ ਕਿ ਨਹੀਂ ਖਤਮ ਹੈ? ਓਏ ਲੈ ਨਹੀਂ ਐਕਚੁਅਲੀ ਮੈਂ ਕੋਈ ਗੱਲ ਨਹੀਂ ਮੈਂ ਦੇ ਦਾਂਗਾ, ਜਿਹੜਾ ਕਰਨਾ ਓਜਸ ਵੀਟਾ ਹੈ ਜਿਸ ਤਰ੍ਹਾਂ ਬਹੁਤ ਵੀਟਾ ਨਾ ਇੱਥੇ ਦੇ ਦਾਂਗਾ ਮੈਂ ਜਾਂ ਕੰਪਲਾਨ, ਇਦਾਂ ਹੀ ਸਾਡਾ ਆਸ਼ਰਮ ਦਾ ਓਜਸ ਵੀਟਾ ਬਣਦਾ ਹੈ ਜਿਹੜਾ ਕਿ ਸਾਡੀ ਸਿਹਤ ਲਈ ਬੱਚਿਆਂ ਲਈ ਬਹੁਤ ਵਧੀਆ ਹਰ ਚੀਜ਼ ਦਾ, ਉਹਨਾਂ 'ਚ ਕੈਮੀਕਲ ਕੋਈ ਨਹੀਂ ਹੈਗਾ ਇਹਨਾਂ ਚੀਜ਼ਾਂ। ਓਜਸ ਵੀਟਾ OJAS ਓਜਸ ਵੀਟਾ US ਹੈ AS ਹੈ ਨਾ? ਹਾਂ ਯੋਗਾ ਦੀਆਂ ਵੀ ਹੈਗੀਆਂ, ਭਜਨ ਵੀ ਹੈ, ਸ਼ਬਦ ਵੀ ਹੈ, ਭਜਨ ਸ਼ਬਦ ਵੀ ਹੈਗੀ ਹੈ ਜਿਹੜੀ ਹੈ ਨਾ ਇਹ ਪੁਰਾਣਾ ਜਾਂ ਅਕਾਊਂਟ ਦੀ ਹੈ ਸੀਡੀ, ਜਿਹੜਾ ਤੁਸੀਂ ਚਾਰ ਦੀ ਗਿਣਤੀ ਨਾਲ ਅੰਦਰ ਜਾਂ ਚਾਰ ਦੀ ਗਿਣਤੀ 'ਤੇ ਰੋਕਣਾ ਹੈ ਨਾ ਇਹਦੇ 'ਚ ਸੀਡੀ ਹੈ ਆਡੀਓ ਕਿ ਤੁਸੀਂ ਲਗਾ ਕੇ ਇਹ ਆਵਾਜ਼ ਸੁਣ ਕੇ ਨਾਲ ਕਰ ਸਕਦੇ ਹੋ। ਠੀਕ ਹੈ, ਵੀਡੀਓ ਨਹੀਂ ਹੈਗੀ? ਵੀਡੀਓ ਤਾਂ ਆਪਾਂ ਅੱਖਾਂ ਤਾਂ ਬੰਦ ਰੱਖਣੀਆਂ ਹੁੰਦੀਆਂ ਹੈ ਨਾ, ਬਹੁਤ ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ ਹੈ ਕਿ ਅੱਖਾਂ ਬੰਦ ਰੱਖਣੀਆਂ ਤਾਂ ਕਿ ਜਿਹੜੀ ਪ੍ਰਾਣ ਸ਼ਕਤੀ ਤੁਸੀਂ ਜਨਰੇਟ ਕਰ ਰਹੇ ਹੋ ਤੁਹਾਡੀ ਬੋਡੀ 'ਚ ਰਵੇ। ਸੈਂਟਰ ਹਰ ਸ਼ਹਿਰ 'ਚ? ਹਾਂ ਹਰ ਸ਼ਹਿਰ 'ਚ ਸੈਂਟਰ ਹੈਗੇ ਆਟੋ ਟ੍ਰੇਨਿੰਗ ਦੇ, ਨਹੀਂ ਤਾਂ ਤੁਸੀਂ ਵੈਬਸਾਈਟ ਨੋਟ ਕਰ ਲਓ www ਕਰਾਇਓ ਜੀ ਕਰਾਇਓ, ਹਾਂ ਲਿਖ ਲਓ, ਉਹ ਤੁਸੀਂ ਖੋਲ ਕੇ ਬੱਚਿਆਂ ਨੂੰ ਕਹਿ ਸਕਦੇ ਹੋ ਜੇ ਆਪ ਕੰਪਿਊਟਰ ਨਹੀਂ ਚਲਾਉਂਦੇ ਤੇ ਬੱਚਿਆਂ ਨੂੰ ਤੁਸੀਂ ਪੁੱਛ ਸਕਦੇ, ਬੱਚੇ ਅੱਜ ਕੱਲ੍ਹ ਬਹੁਤ ਤੇਜ਼ ਹੈ ਇਸ ਲਾਈਨ 'ਚ। www ਆਰਟ ਆਫ ਲਿਵਿੰਗ, ਉਹ ਦੇਖੋ ਲਿਖਿਆ ਹੈ ARTOFLIVING ਕੰਟੀਨਿਊਸਲੀ ਹੈ ਇੱਕੋ ਹੀ ਸ਼ਬਦ artoflivingorg.org। ਇਹ ਜਦੋਂ ਤੁਸੀਂ ਵੈਬਸਾਈਟ ਖੋਲੋਗੇ ਨਾ ਇਹਦੇ 'ਚ ਆਰਟ ਆਫ ਲਿਵਿੰਗ ਦਾ ਸਾਰਾ ਪ੍ਰੋਗਰਾਮ ਨਿਕਲ ਆਉਣਾ, ਤੁਸੀਂ ਕੋਈ ਕੋਰਸ ਬਾਰੇ ਪੁੱਛਣਾ ਜਾਂ ਤੁਸੀਂ ਕੋਈ ਸਿਟੀ ਬਾਰੇ ਪੁੱਛਣਾ ਉਹਦੇ ਵਿੱਚ ਅੱਗੇ ਸਾਰੀ ਇਨਫੋਰਮੇਸ਼ਨ ਆਏਗੀ। ਜੇ ਤੁਹਾਨੂੰ ਕਿਸੇ ਵੇਲੇ ਪਤਾ ਲੱਗਦਾ ਗੁਰੂ ਜੀ ਦਾ ਕੋਈ ਪ੍ਰੋਗਰਾਮ ਹੋ ਰਿਹਾ ਸ਼ਹਿਰ ਦੇ ਆਸ ਪਾਸ ਤਾਂ ਇੱਕ ਵਾਰੀ ਜ਼ਰੂਰ ਮਿਲ ਕੇ ਆਓ, ਔਰ ਗੁਰੂ ਜੀ ਨੂੰ ਮਿਲਣ ਲਈ ਤਾਂ ਕਿਸੇ ਐਡੇ ਵੱਡੇ ਪੁਰਸ਼ਾਂ ਦੇ ਕੋਲ ਹੀ ਜਾਣਾ ਮੁਸ਼ਕਲ ਹੁੰਦਾ, ਪਰ ਗੁਰੂ ਜੀ ਹਰ ਕਿਸੇ ਨੂੰ ਮਿਲਦੇ ਆ। ਅਸੀਂ ਪੈਰੀ ਹੱਥ ਲਗਾਉਂਦੇ ਹਾਂ, ਉਹ ਕਹਿੰਦੇ ਪੈਰੀ ਹੱਥ ਨਹੀਂ ਮੇਰੀ ਛਾਤੀ ਨਾਲ ਮੇਰੇ ਨਾਲ ਲੱਗ ਜਾਓ, ਇੰਨਾ ਪ੍ਰੇਮ ਕਰਦੇ। ਕੋਈ ਮੁਸ਼ਕਲ ਹੋਏ ਸਿਮਰਨ ਕਰਕੇ ਉਹਨਾਂ ਨੂੰ ਬਸ ਪ੍ਰੋਬਲਮ ਛੱਡਦੇ ਨੇ ਕਿ ਆਹ ਪ੍ਰੋਬਲਮ ਹੈ, ਇਹਨੂੰ ਠੀਕ ਕਰੋ। ਜ਼ਿੰਦਗੀ 'ਚ ਐਕਸਪੀਰੀਅੰਸ ਕਰਨਾ ਕਿ ਉਹ ਚੀਜ਼ ਤੁਹਾਡੀ ਆਪਣੇ ਆਪ ਹੋਣ ਲੱਗ ਜਾਏ। ਮਨਿੰਦਰ ਜੀ ਲਈ ਤਾੜੀਆਂ ਹੋ ਜਾਣ ਸਾਡੇ ਦੇਖਭਾਲ ਰੋਜ਼ ਆਪਣੇ ਟੀਚਰ ਹੈਗੇ ਆ ਸਕੂਲ ਦੇ ਵਿੱਚ ਪੜ੍ਹਾਉਂਦੇ ਆ, ਸਵੇਰੇ ਖਾਣਾ ਬਣਾਉਣਾ, ਸਵੇਰੇ ਸਕੂਲ ਜਾਣਾ, ਬੱਚਿਆਂ ਦੀ ਕੇਅਰ ਕਰਨੀ, ਫਿਰ ਵੀ ਦੇਖੋ ਆ ਕੇ ਇੱਥੇ ਸਨਾਨ ਕਰਦੇ ਹੁੰਦੇ ਕਿ ਸਾਡਾ ਸਾਰਾ ਇੱਦਾਂ ਹੀ ਆਟੋ ਟਿਊਨ ਦਾ ਪ੍ਰੋਗਰਾਮ ਚੱਲਦਾ, ਸਾਰੇ ਇੱਦਾਂ ਹੀ ਸੇਵਾਦਾਰ ਹੈ। ਬਸ ਇਹ ਹੈ ਕਿ ਸਾਡੇ ਵਿੱਚ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ। ਇਹ ਸਾਬਣ ਹੈਗੇ ਆ ਆਸ਼ਰਮ ਦੇ ਪਿਓਰ ਇਕਦਮ ਹਰਬਲ, ਤੇ ਆਪਾਂ ਅੱਜ ਕੱਲ੍ਹ ਇੰਨੇ ਕੈਮੀਕਲ ਯੂਜ਼ ਹੁੰਦੇ ਪਏ ਆ, ਸਾਰੀਆਂ ਚੀਜ਼ਾਂ ਸਿਰਫ ਆਪਣੇ ਲਈ ਦੁਕਾਨੇ ਆ, ਅਸੀਂ ਇਹ ਦੁਕਾਨਾਂ 'ਤੇ ਨਹੀਂ ਦਿੰਦੇ ਕਿਉਂਕਿ ਸਾਡੇ ਦਿਮਾਗ 'ਚ ਇਹ ਨਹੀਂ ਹੈਗਾ ਕਿ ਆਪਾਂ ਕੋਈ ਪ੍ਰੋਫਿਟ ਕੋਈ ਪੈਸੇ ਕਮਾਉਣੇ ਆ। ਇਹਦਾ ਮੇਨ ਮਕਸਦ ਇਹ ਹੈ
ਕਿ ਆਪਾਂ ਗੁਰੂ ਜੀ ਕਹਿੰਦੇ ਕੋਈ ਅੱਛੀ ਚੀਜ਼ ਆਪਣੇ ਸਮਾਜ ਨੂੰ ਦੇਈ, ਆਪਣੇ ਲੋਕਾਂ ਨੂੰ ਦੇਈ, ਹੈ। ਤੁਸੀਂ ਹੁਣ ਕੋਈ ਵੀ ਅੱਗੇ ਐਡਵਾਂਸ ਕੋਰਸ ਕਰ ਸਕਦੇ ਹੋ, ਐਡਵਾਂਸ ਕੋਰਸ ਹੁੰਦਾ ਹੈ 4 ਦਿਨ ਦਾ, ਉਹ ਉੱਥੇ ਹੀ ਰਹਿਣਾ, ਉੱਥੇ ਹੀ ਖਾਣਾ ਪੀਣਾ ਸਭ ਕੁਛ, ਉਹਦੇ ਵਿੱਚ ਮੌਨ ਦੇ ਵਿੱਚ ਲੈ ਕੇ ਜਾਂਦੇ ਆ, 2-3 ਦਿਨ ਮੌਨ ਦੇ ਵਿੱਚ ਰਹਿੰਦੇ ਹਾਂ ਅਸੀਂ ਉੱਥੇ ਹੀ, ਉਹ ਅਲੱਗ ਅਲੱਗ ਜਗ੍ਹਾ ਤੇ ਹੁੰਦੇ ਰਹਿੰਦੇ ਆ, ਤੁਹਾਨੂੰ ਐਡਵਰਟਾਈਜ਼ਮੈਂਟ ਆਏਗੀ ਕਿ ਐਡਵਾਂਸ ਕੋਰਸ ਹੋ ਰਿਹਾ, ਤੁਸੀਂ ਉਹਨੂੰ ਫੋਲੋ ਕਰਕੇ ਸੈਮੀਨਾਰ ਤੇ ਜਾ ਸਕਦੇ ਹੋ। ਧਿਆਨ ਰੱਖਣਾ ਕਿ 1 ਹਫ਼ਤੇ ਦੀ 1 ਤੋਂ ਜ਼ਿਆਦਾ ਲੰਬੀ ਸੁਦਰਸ਼ਨ ਕ੍ਰਿਆ ਨਹੀਂ ਤੁਸੀਂ ਕਰਨੀ, 1 ਹਫ਼ਤੇ ਦੀ 1 ਵਾਰੀ ਲੰਬੀ ਸੁਦਰਸ਼ਨ ਕ੍ਰਿਆ, ਜਿਹੜੀ ਗੁਰੂ ਜੀ ਦੀ ਕੈਸਟ ਨਾਲ ਚੱਲੀ ਸੀ ਨਾ, ਉਹਨੂੰ ਕਹਿੰਦੇ ਲੌਂਗ ਸੁਦਰਸ਼ਨ ਕ੍ਰਿਆ। ਕੀ ਕਹਿੰਦੇ ਆ? ਲੌਂਗ ਸੁਦਰਸ਼ਨ ਕ੍ਰਿਆ। ਉਹ ਆਪਾਂ 1 ਹਫ਼ਤੇ 'ਚ 1 ਵਾਰੀ ਕਰਨੀ ਆ ਬਸ। ਇਹ ਅਲੱਗ ਅਲੱਗ ਸੈਂਟਰ ਸਾਡੇ ਚੱਲਦੇ ਆ। ਪਟਿਆਲਾ ਤੋਂ ਜਿਹੜੇ ਹੈਗੇ ਹੱਥ ਖੜਾ ਕਰੋ। ਪਟਿਆਲਾ ਵਿੱਚ ਫੋਲੋ ਅਪ ਇੱਕ ਤਾਂ ਲੀਲਾ ਭਵਨ ਸੈਂਟਰ ਹੈ, ਗੋਪਾਲ ਡਾਕਟਰ ਤਰਵੰਤ ਸਿੰਘ ਦੇ ਬਿਲਕੁਲ ਨਾਲ ਹੈ, ਉੱਥੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦਾ ਨਾ ਉਹ ਲੱਗਿਆ ਹੋਇਆ। ਹਾਂਜੀ ਹਾਂ, ਉੱਥੇ ਹੁੰਦੀ ਹੈ ਪਟਿਆਲਾ, ਉੱਥੇ ਵੀ ਹੁੰਦੀ ਹੈ ਸਟੇਟ, ਅਲੱਗ ਅਲੱਗ ਜਗ੍ਹਾ ਤੇ ਐਲਬਨ ਸਟੇਟ ਵੀ ਹੋ ਰਹੀ ਹੈ, ਜੇ ਉੱਧਰ ਨਜ਼ਦੀਕ ਪੈਂਦਾ ਕਿਸੇ ਨੂੰ, ਡਿਫਰੈਂਟ ਜਗ੍ਹਾ ਤੇ ਐਸਐਸਸੀ ਨਗਰ ਵਿੱਚ ਵੀ ਹੋ ਰਹੀ ਹੈ। ਇਹ ਸੰਡੇ ਨੂੰ ਸਵੇਰੇ 7:30 ਵਜੇ ਜਿਹੜੇ ਜ਼ਿਲ੍ਹਾ ਭਵਨ ਹੈ, ਬਾਕੀ ਜਗ੍ਹਾ 7 ਵਜੇ ਤਾਂ ਉਹ ਤੁਹਾਨੂੰ ਜਿੱਥੇ ਵੀ ਨੇੜੇ ਪਵੇ ਤੁਸੀਂ ਉਹ ਜਾਂ ਤਾਂ ਆਪਣਾ ਜਿਹੜੇ ਪਟਿਆਲਾ ਵਾਲੇ ਨੰਬਰ ਨੂੰ ਦੇ ਦਿਓ, ਮੈਂ ਤੁਹਾਨੂੰ ਮੈਸੇਜ ਕਰ ਦਿਆ ਕਰਾਂਗੀ। ਇੱਥੇ ਜੋ ਵੀ ਇੱਥੇ ਇਵੈਂਟ ਹੋਏਗਾ ਪਟਿਆਲਾ ਵਿੱਚ ਕੁਛ, ਕਿਉਂਕਿ ਸਵੇਰ ਨੂੰ ਸੰਧਿਆ ਹੋਵੇਗਾ ਤਾਂ ਫਿਰ ਸਾਰਾ ਜਲ ਲੋਡ ਹੋ ਜਾਊਗਾ, ਉਹ ਤੁਹਾਨੂੰ ਮੈਸੇਜ ਕਰ ਦਿਆ ਕਰਾਂਗੀ। ਹਾਂ, ਉਹ ਮੈਨੂੰ ਨੰਬਰ ਦੇ ਦਿਓ ਆਪਣਾ, ਤੇ ਬਾਕੀ ਡਿਫਰੈਂਟ ਸਿਟੀਜ਼ ਵਿੱਚ ਵੀ ਫੋਲੋ ਅਪ ਜ਼ਰੂਰ ਹੁੰਦਾ ਹੋਏਗਾ, ਸਾਰੇ ਜਗ੍ਹਾ ਤੇ ਹੈ। ਹਾਂਜੀ, ਹਰ ਜਗ੍ਹਾ ਤੇ ਹੈ, ਤਾਂ ਤੁਸੀਂ ਆਪਣਾ ਪਤਾ ਕਰ ਸਕਦੇ ਹੋ। ਬਸ ਤੁਸੀਂ ਹੁਣ ਜਦੋਂ ਆਰਟ ਆਫ ਲਿਵਿੰਗ ਦਾ ਤੁਸੀਂ ਧਿਆਨ ਦੇਣਾ, ਐਡਵਰਟਾਈਜ਼ਮੈਂਟਸ ਆ ਜਾਂਦੀਆਂ ਕਿਸੇ ਵੇਲੇ ਜਾਂ ਬੋਰਡ ਲੱਗ ਜਾਂਦੇ ਆ, ਆਪਾਂ ਜ਼ਰੂਰ ਕੰਟੈਕਟ ਹੋਈਏ, ਆਪਣੇ ਬੱਚਿਆਂ ਨੂੰ ਜ਼ਰੂਰ ਕਰਾਓ, ਬੱਚਿਆਂ ਲਈ ਬਹੁਤ ਜ਼ਰੂਰੀ ਹੈ, ਤਾਂ ਕਿ ਬੱਚੇ ਹੁਣੇ ਹੀ ਆਪਣੇ ਆਪ ਨੂੰ ਅੰਡਰ ਕੰਟਰੋਲ ਕਰ ਲੈਣ। ਮੈਂ ਤੁਹਾਨੂੰ ਜਿੱਦਾਂ ਦੱਸਿਆ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਬੱਚੇ ਕਿੱਦਾਂ ਇੱਕਦਮ ਚੇਂਜ ਹੋ ਰਿਹਾ ਕੋਰਸ ਕਰਨ ਤੋਂ ਬਾਅਦ। ਆਪਾਂ ਕੋਲਡ ਡਰਿੰਕ ਪੀਂਦੇ ਹਾਂ, ਤਾਂ ਕੋਲਡ ਡਰਿੰਕ 'ਚ ਕੀ ਹੈ? ਗੈਸ ਹੀ ਹੈ ਨਾ। ਕਿਹੜੀ ਗੈਸ ਹੈ? ਕਾਰਬਨ ਡਾਈਆਕਸਾਈਡ। ਅਸੀਂ ਸਰੀਰ ਤੋਂ ਕੀ ਕਰਦੇ ਹਾਂ? ਕਾਰਬਨ ਡਾਈਆਕਸਾਈਡ ਨੂੰ ਕੱਢਦੇ ਹਾਂ, ਅਤੇ ਆਪਾਂ ਕੋਲਡ ਡਰਿੰਕ ਨਾਲ ਅੰਦਰ ਲਈ ਜਾਂਦੇ ਹਾਂ, ਉਲਟਾ ਕੰਮ ਕਰੀ ਜਾਂਦੇ ਹਾਂ। ਬਈ ਇਸੇ ਪਿੱਛੇ ਇੰਨਾ ਜ਼ਿਆਦਾ ਟੈਂਸ, ਔਰ ਲੋਕ ਅੱਜ ਦੇਖੋ ਬੱਚੇ ਬਾਹਰ ਦੇ ਜਿਹੜੇ ਪੀਜ਼ਾ ਪੂਜ਼ਾ ਆ ਗਏ, ਬਰਗਰ ਬੁਰਗਰ, ਕੋਲਡ ਡਰਿੰਕ ਕਿੱਦਾਂ ਖਾਣੇ ਦੇ ਨਾਲ ਖਾਂਦੇ ਆ। ਉਹ ਕਹਿੰਦੇ ਪਾਣੀ ਜਿਹੜਾ ਨਾ ਖਾਣੇ ਤੋਂ 1 ਘੰਟੇ ਬਾਅਦ ਖਾਣਾ ਚਾਹੀਦਾ, 15-20 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ, ਕਿਉਂਕਿ ਅਸੀਂ ਖਾਣੇ ਦੇ ਨਾਲ ਹੀ ਜੇ ਪਾਣੀ ਪੀ ਲੈਂਦੇ ਹਾਂ ਨਾ, ਤੇ ਇੰਟਰਸਟਾਈਨ 'ਚ ਅਨਡਾਈਜੈਸਟਿਡ ਫੂਡ ਅੱਗੇ ਚਲੇ ਜਾਂਦਾ, ਖਾਣਾ ਹਜਮ ਨਹੀਂ ਹੁੰਦਾ। ਬਹੁਤ ਅੱਛਾ, ਸਾਰਾ ਮੇਰਾ ਆਸ਼ੀਰਵਾਦ ਕਿ ਤੁਹਾਡੀ ਸਭ ਦੀ ਇੱਛਾ ਪੂਰੀ ਹੋਵੇ। ਜੈ ਗੁਰੂ ਜੀ, ਜੈ ਗੁਰੂ ਜੀ।